ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਵਿਸ਼ਾਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਲੈ ਕੇ ਆਇਆ, ਤੁਹਾਡਾ ਆਪਣਾ ਪਿਆਰਾ ਚੈਨਲ ਆਪਕੇ ਆਪਣੇ ਬਲੌਗਸ। ਅੱਜ ਆਪਾਂ ਗੱਲ ਕਰਾਂਗੇ ਰਸ਼ੀਆ ਦੇ ਪਾਰਟ 2 ਦੀ। ਪਿਛਲੇ ਰਸ਼ੀਆ ਦੇ ਪਾਰਟ 1 ਵਿੱਚ ਆਪਾਂ ਗੱਲ ਕੀਤੀ ਸੀਗੀ ਰਸ਼ੀਆ ਦਾ ਵੀਜ਼ਾ ਆਪਾਂ ਫ੍ਰੀ ਕਿਸ ਤਰ੍ਹਾਂ ਲੈ ਸਕਦੇ ਹਾਂ। ਹੁਣ ਆਪਾਂ ਗੱਲ ਕਰਾਂਗੇ ਰਸ਼ੀਆ ਦੇ ਪਾਰਟ 2 ਵਿੱਚ ਏਅਰਲਾਈਨ ਦੀ। ਰਸ਼ੀਆ ਜਾਣ ਵਾਸਤੇ ਆਪਾਂ ਏਅਰਲਾਈਨ ਲੈਣੀ ਹੈਗੀ ਇੰਡੀਆ ਤੋਂ ਏਅਰ ਅਸਥਾਨਾ। ਏਅਰ ਅਸਥਾਨਾ ਸਭ ਤੋਂ ਪਹਿਲਾਂ ਆਪਣੀ ਹੋਮ ਕੰਟਰੀ ਵਿੱਚ ਜਾਏਗੀ ਕਜ਼ਾਕਿਸਤਾਨ। ਇਹ ਅਸਥਾਨਾ ਦੇ ਵਿੱਚ ਜਾਵੇ ਜਾਂ ਅਲਮਾਟੀ ਦੇ ਵਿੱਚ ਜਾਵੇ ਕੋਈ ਫਰਕ ਨਹੀਂ ਹੈ, ਦੋਨੋਂ ਕਜ਼ਾਕਿਸਤਾਨ ਦੇ ਜਿਹੜੇ ਏਅਰਪੋਰਟ ਹੈਗੇ ਨੇ। ਤੁਹਾਡੇ ਕੋਲ ਘੱਟ ਤੋਂ ਘੱਟ 8 ਘੰਟੇ ਤੋਂ ਉੱਪਰ ਦਾ ਸਟੇ ਹੋਣਾ ਚਾਹੀਦਾ ਜੇ ਤੁਸੀਂ ਟ੍ਰਾਂਜ਼ਿਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ। 72 ਘੰਟੇ ਦਾ ਟ੍ਰਾਂਜ਼ਿਟ ਵੀਜ਼ਾ ਜਿਹੜਾ ਬਿਲਕੁਲ ਫ੍ਰੀ ਹੈ ਇੰਡੀਆ ਵਾਸਤੇ, ਫ੍ਰੀ ਆਫ ਕੋਸਟ 31 ਦਸੰਬਰ 2019 ਤੱਕ ਲਾਸਟ ਡੇਟ ਹੈਗੀ ਹੈ ਇਹਦੇ। ਇਸ ਦੇ ਵਿੱਚ ਤੁਹਾਨੂੰ ਹੋਟਲ ਦੀ ਬਿਲਕੁਲ ਫ੍ਰੀ ਫੈਸਿਲਿਟੀ ਜਿਹੜੀ ਇਸ ਵੇਲੇ ਉਹ ਦੇ ਰਹੇ ਨੇ। 4-star 5-star ਹੋਟਲ ਹੈਗੇ ਨੇ ਅਲਮਾਟੀ ਦੇ ਵਿੱਚ ਅਤੇ ਅਸਥਾਨਾ ਦੇ ਵਿੱਚ। ਤੁਸੀਂ ਸਭ ਤੋਂ ਪਹਿਲਾਂ ਇਹਨੂੰ ਬੁੱਕ ਕਿੱਦਾਂ ਕਰਨਾ ਹੈਗਾ ਮੈਂ ਤੁਹਾਨੂੰ ਉਹ ਦੱਸਾਂਗਾ। ਫਸਟ ਆਫ ਆਲ ਤੁਸੀਂ ਪਹਿਲਾਂ ਆਪਣੀ ਟਿਕਟ ਜਿਹੜੀ ਬਣਾ ਲੈਣੀ ਹੈਗੀ ਆ ਰਸ਼ੀਆ ਦੀ। ਜਦੋਂ ਤੁਸੀਂ ਰਸ਼ੀਆ ਦੀ ਟਿਕਟ ਬਣਾਉਣੀ 8 ਘੰਟੇ ਤੋਂ ਉੱਪਰ ਦਾ ਸਟੇ ਲੈ ਲੈਣਾ ਹੈਗਾ, ਅਲਮਾਟੀ ਹੋਵੇ ਜਾਂ ਅਸਥਾਨਾ ਹੋਵੇ, ਉਹ ਕੋਈ ਇਸ਼ੂ ਨਹੀਂ ਹੈਗਾ। ਤੁਸੀਂ ਜਦੋਂ ਟਿਕਟ ਬਣਾ ਲੈਣੀ ਆ ਫਿਰ ਤੁਸੀਂ ਜਾਣਾ ਵਾ ਸਾਈਟ ਦੇ ਉੱਤੇ ਹੋਲੀਡੇ ਸਟੋਪ ਓਵਰ। ਹੋਲੀਡੇ ਸਟੋਪ ਓਵਰ ਦੇ ਵਿੱਚ ਜਾਓਗੇ ਤਾਂ ਤੁਸੀਂ ਨਾਲ ਹੀ ਹੋਟਲਾਂ ਦੀ ਲਿਸਟ ਆ ਜਾਏਗੀ ਥੱਲੇ। ਜੋ ਵੀ ਤੁਹਾਡਾ ਪਲਾਨ ਹੈਗਾ ਤੁਸੀਂ ਉੱਥੇ ਕਲਿੱਕ ਕਰੋਗੇ, ਪਹਿਲਾਂ ਹੋਟਲ ਤੁਸੀਂ ਸਾਰੇ ਓਪਨ ਕਰਕੇ ਦੇਖ ਲਓ ਜੋ ਉਹਨਾਂ ਦੀ ਲੋਕੇਸ਼ਨ ਹੈਗੀ ਹੈ। ਤੁਸੀਂ ਹੋਟਲ ਜਦੋਂ ਦੇਖ ਲੈਣੇ ਹੈਗੇ ਕਿ ਉਹਨੂੰ ਜੋ ਵੀ ਤੁਹਾਨੂੰ ਹੋਟਲ ਪਸੰਦ ਆ ਤੁਸੀਂ ਉੱਥੇ ਕਲਿੱਕ ਕਰੋਗੇ। ਕਲਿੱਕ ਕਰਨ ਤੋਂ ਬਾਅਦ ਇੱਕ ਬੁਕਿੰਗ ਦਾ ਰੈਫਰੈਂਸ ਨੰਬਰ ਮੰਗੇਗਾ, ਤੁਸੀਂ ਉਹਦੇ ਵਿੱਚ ਆਪਣਾ ਟਿਕਟ ਦਾ ਰੈਫਰੈਂਸ ਨੰਬਰ ਪਾ ਦੇਣਾ ਜੋ ਵੀ ਤੁਹਾਡੀ ਟਿਕਟ ਬਣੀ ਹੋਈ ਆ ਰਸ਼ੀਆ ਜਾਣ ਦੀ। ਜਦੋਂ ਤੁਸੀਂ ਉਹਦੇ ਵਿੱਚ ਰੈਫਰੈਂਸ ਨੰਬਰ ਪਾ ਦੋਗੇ ਤਾਂ ਆਟੋਮੈਟਿਕਲੀ ਉਹ ਮੇਲ ਜਿਹੜੀ ਆ 3 ਘੰਟੇ ਬਾਅਦ ਜਿਹੜੀ 4 ਘੰਟੇ ਬਾਅਦ ਤੁਹਾਡੀ ਈਮੇਲ ਦੇ ਵਿੱਚ ਜਨਰੇਟ ਹੋ ਕੇ ਮੇਲ ਵਾਪਸ ਆ ਜਾਏਗੀ ਵੀ ਤੁਹਾਡਾ ਹੋਟਲ ਬੁਕਿੰਗ ਜਿਹੜੀ ਕਨਫਰਮ ਹੋ ਚੁੱਕੀ ਆ। ਹੋਟਲ ਨੂੰ ਤੁਸੀਂ ਬੁੱਕ ਘੱਟੋ ਘੱਟ 3 ਦਿਨ ਪਹਿਲਾਂ ਕਰਨਾ। ਕੋਸ਼ਿਸ਼ ਕਰੋ ਵੀ ਜੇ ਤੁਸੀਂ 8 ਜਾਂ 10 ਜਾਂ 15 ਦਿਨ ਪਹਿਲਾਂ ਆਪਣੀ ਟਿਕਟ ਕਨਫਰਮ ਕਰਦੇ ਹੋ ਤਾਂ ਔਨ ਦੀ ਸਪੋਰਟ ਹੀ ਤੁਸੀਂ ਨਾਲ ਹੀ ਹੋਟਲ ਬੁੱਕ ਕਰ ਲਓ ਤਾਂ ਬਹੁਤ ਮੱਚ ਬੈਟਰ ਹੈਗਾ ਵਾ। ਇੰਨਾ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ, ਧੰਨਵਾਦ।